नमस्कार, आप देख रहे हैं श्री महाकाल लोक टीवी। आपके साथ में हूं प्रियंका। चलिए रुक करते हैं आज की तमाम खबरों की ओर। खबर पंजाब से है, जहां 15 अगस्त को लेकर फरीदकोट रेंज के डीआईजी अश्विनी कपूर ने अधिकारियों के साथ मीटिंग की। इस दौरान डीआईजी ने सुरक्षा को लेकर सभी अधिकारियों को दिशा निर्देश दिए। बता दें कि 15 अगस्त को देश भर में स्वतंत्रता दिवस धूमधाम से मनाया जाएगा, तो वहीं मोगा जिले में 15 अगस्त को पंजाब के कैबिनेट मंत्री हरभजन सिंह तिरंगा फहराने की रस्म अदा करेंगे। इसी को लेकर सुरक्षा प्रबंधों का जायजा लेने फरीदकोट रेंज के डीआईजी अश्विनी कपूर मोगा पहुंचे, जहां उन्होंने अधिकारियों की बैठक ली। श्री महाकाल लोक टीवी के लिए मोगा से हरपाल सिंह सहारन की रिपोर्ट। ਅੱਜ ਜਿਹੜੀ ਸੀਗੀ ਫੁੱਲ ਡਰੈਸ ਰਿਹਰਸਲ, ਉਹ ਦੋ ਦਿਨ ਪਹਿਲੇ ਕਰੀਦੀ ਹੈ, ਤਾਂ ਕਿ ਇੱਕ ਦਿਨ ਜਿਹੜਾ ਪਹਿਲੇ ਹੁੰਦਾ 14 ਤਰੀਕ ਨੂੰ ਤਿਆਰੀ ਰੱਖੀ ਜਾਂਦੀ ਹੈ ਸਾਰੇ ਆਪਣੀ ਦੁਬਾਰਾ, ਪਰ ਅੱਜ ਫੁੱਲ ਡਰੈਸ ਰਿਹਰਸਲ ਸੀਗੀ, ਉਹ ਚੈੱਕ ਕੀਤੀ ਹੈ। ਔਰ ਉਸ ਤੋਂ ਇਲਾਵਾ ਜਿਹੜੀ ਬਰੀਫਿੰਗ ਲਈ ਹੈ ਅਫਸਰਸ ਤੋਂ, ਔਰ ਕੁਛ ਪੁਆਇੰਟ ਸੀਗੇ ਜਿਹੜੇ ਉਹਨਾਂ ਨਾਲ ਸਾਂਝੇ ਕੀਤੇ ਆ ਕਿ ਕਿਵੇਂ ਕਰਨਾ, ਔਰ ਬੜੇ ਪੁਖਤਾ ਇੰਤਜ਼ਾਮ SSP ਸਾਹਿਬ ਵੱਲੋਂ ਅਤੇ ਇਹਨਾਂ ਦੀ ਟੀਮ ਵੱਲੋਂ ਕੀਤੇ ਗਏ ਆ। ਬਕਾਇਦਾ ਹਰ ਇੱਕ ਪੁਆਇੰਟ ਦੇ ਉੱਤੇ, ਜਿਵੇਂ ਸਟੇਜ ਹੈ ਜਾਂ ਕੁਛ ਹੈ, ਔਰ ਇਸ ਤੋਂ ਇਲਾਵਾ ਜਿਹੜੀ ਇਹਨਾਂ ਦੀ ਡੇਲੀ ਓਪਰੇਸ਼ਨ ਚੱਲਦੇ ਰਹਿੰਦੇ, ਕਦੇ ਸਰਾਵਾਂ ਦੀ, ਹੋਟਲਾਂ ਦੀ ਸਰਚ ਹੈਗੀ ਹੈ, ਜਾਂ ਨਾਕਾਬੰਦੀ ਚੱਲ ਰਹੀ ਹੈ ਸਵੇਰੇ ਸ਼ਾਮ ਦੀ, ਔਰ ਈਵਨ ਇਹਨਾਂ ਨੇ ਆਪਣੇ ਦਫ਼ਤਰ 'ਚੋਂ ਵੀ ਜਿਹੜੇ ਦਫ਼ਤਰੀ ਸਟਾਫ ਹੈ ਉਹਨੂੰ ਵੀ ਬਾਹਰ ਕੱਢਿਆ ਪਿਛਲੇ 5-7 ਦਿਨ ਤੋਂ। ਕਾਫੀ ਫੋਰਸ ਜਿਹੜੀ ਹੈ ਮੋਬਿਲਾਈਜ਼ ਐਕਸਟਰਾ ਕੀਤੀ ਹੈ, ਔਰ ਕੁਛ ਬਾਹਰੋਂ ਵੀ ਫੋਰਸ ਮਿਲੀ ਹੈ, ਤਾਂ ਉਹ ਸਾਰਿਆਂ ਨੂੰ ਜਿਹੜਾ ਸੁਤੰਤਰਤਾ ਦਿਵਸ 'ਚ ਕੋਈ ਵੀ ਅਣਸੁਖਮੀ ਘਟਨਾ ਨਾ ਘਟੇ, ਉਹਦੇ ਮੱਦੇਨਜ਼ਰ ਇਹ ਪੂਰੇ ਆਪਣੀ ਤਨਦੇਹੀ ਨਾਲ ਕਰ ਰਿਹਾ। ਅਤੇ ਮੇਰੀ ਕਿਉਂਕਿ ਓਵਰਆਲ ਸੁਪਰਵੀਜ਼ਨ ਸੀ, ਮੈਂ ਇਸ ਕਰਕੇ ਅੱਜ ਇੱਥੇ ਚੈੱਕ ਕਰਨ ਆਇਆ ਸੀ। चलिए खबरों में अब आगे बढ़ते हैं। हर साल की तरह इस साल भी देश में 77वां स्वतंत्रता दिवस 15 अगस्त को धूमधाम से मनाया जा रहा है, जहां पूरे देश में इस दिन को लेकर तैयारियां की जा रही है। वहीं मोगा में भी जोरों से पिछले 10 दिनों से तैयारियां की जा रही है, और आज इन तैयारियों की फाइनल रिहर्सल की गई, जिसमें मोगा डिप्टी कमिश्नर कुलवत सिंह और मोगा के SSP अंकुर गुप्ता ने पूरा निरीक्षण किया और परेड की सलामी ली। इस मौके पर स्कूली बच्चों ने रंग रंग प्रोग्राम पेश कर अपने फाइनल रिहर्सल पूरी की है। श्री महाकाल लोक टीवी के लिए मोगा से हरपाल सिंह सहारन की रिपोर्ट। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ 15 ਅਗਸਤ ਆਜ਼ਾਦੀ ਦਿਹਾੜੇ ਦੀ ਸਾਰੇ ਦੇਸ਼ ਦੇ ਵਾਸੀਆਂ ਨੂੰ ਵਧਾਈ ਦਿੰਦਾ। ਅੱਜ ਅਸੀਂ 13 ਅਗਸਤ ਦੇ ਵਿੱਚ ਖੜ੍ਹੇ ਹਾਂ, ਅੱਜ ਫੁੱਲ ਡਰੈਸ ਰਿਹਰਸਲ ਹੋਈ ਹੈ। ਸਾਰੇ ਸਕੂਲਾਂ ਨੇ, ਸਾਰੀਆਂ ਟੁਕੜੀਆਂ ਜਿਹੜੀਆਂ ਪਰੇਡ ਵਾਲੀਆਂ ਨੇ, ਉਹਨਾਂ ਨੇ ਕਾਫੀ ਮਿਹਨਤ ਕੀਤੀ ਆ, ਅਤੇ ਮੈਨੂੰ ਇਹ ਲੱਗਦਾ ਕਿ 15 ਅਗਸਤ ਵਾਲਾ ਫੰਕਸ਼ਨ ਸਾਡਾ, ਜਿਸ ਦਿਨ ਮਾਣਯੋਗ ਮੰਤਰੀ ਜੀ ਸਰਦਾਰ ਹਰਭਜਨ ਸਿੰਘ ਜੀ ਚੀਫ ਗੈਸਟ ਹੋਣਗੇ, ਉਹ ਵਾਲਾ ਸਾਡਾ ਪਿਛਲੇ ਸਾਰੇ ਫੰਕਸ਼ਨਾਂ ਤੋਂ ਜ਼ਿਆਦਾ ਸਕਸੈਸਫੁਲ ਫੰਕਸ਼ਨ ਹੋਏਗਾ। ਅਤੇ ਮੈਂ ਮੋਗਾ ਜ਼ਿਲ੍ਹੇ ਦੇ ਵਾਸੀਆਂ ਨੂੰ, ਮੋਗਾ ਸ਼ਹਿਰ ਦੇ ਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਇਸ ਫੰਕਸ਼ਨ 'ਤੇ, ਆਜ਼ਾਦੀ ਦਿਹਾੜੇ ਦਾ ਫੰਕਸ਼ਨ ਹੈ ਜਿਹੜਾ, ਇਹਦਾ ਆਨੰਦ ਮਾਨਣ ਲਈ ਜ਼ਰੂਰ ਆਉਣ। ਜਿਵੇਂ DC ਸਾਹਿਬ ਨੇ ਦੱਸਿਆ, 15 ਅਗਸਤ ਦੇ ਸੰਬੰਧੀ ਸਾਰੇ ਹੀ ਦੇਸ਼ ਵਾਸੀਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ, ਮੋਗਾ ਪੁਲਿਸ ਵੱਲੋਂ ਬਹੁਤ ਬਹੁਤ ਵਧਾਈਆਂ, ਅਤੇ ਸਾਡੇ ਜਿਹੜੇ ਪੁਲਿਸ ਦੇ ਪ੍ਰਬੰਧ ਹੈ ਉਹ ਪੁਖਤਾ ਕਰ ਲਏ ਗਏ ਹੈ, ਅਤੇ ਅਸੀਂ ਇਨਸ਼ੋਰ ਕਰਾਂਗੇ ਕਿ ਬਿਲਕੁਲ ਨਿਰਵਿਘਨ ਤਰੀਕੇ ਨਾਲ ਜਿਹੜਾ ਇਹ ਫੰਕਸ਼ਨ ਹੋਣਾ ਹੈ 15 ਅਗਸਤ ਦਾ, ਉਹ ਮਨਾਇਆ ਜਾਵੇ। ਇਹਦੇ ਸੰਬੰਧੀ ਜਿਹੜੀ ਪਰੇਡ ਦੀ ਟੁਕੜੀਆਂ ਨੇ, ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਹੈ, ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ, ਅਤੇ ਅਸੀਂ ਇਨਸ਼ੋਰ ਕਰਾਂਗੇ ਕਿ ਪੀਸਫੁਲ ਤਰੀਕੇ ਨਾਲ ਜਿਹੜਾ ਸਾਰਾ ਹੈਗਾ ਹੈ। खबर पंजाब के श्री मुक्तसर साहिब की है, जहां एक व्यक्ति द्वारा एक महिला और उसकी बेटियों की पिटाई का वीडियो सोशल मीडिया पर वायरल हो रहा है। वीडियो वायरल होने
थाना सदर में पुलिस ने मामला दर्ज किया। बयान देने वाली लड़की ने बताया कि जब उसकी छोटी बहन दुकान से सामान खरीदने गई तो गांव भुल्लर परगट सिंह ने उसकी बहन के साथ दुर्व्यवहार किया और जब इस बात को लेकर पीड़ित की मां भुल्लर के घर जा रही थी तो वहां रास्ते में पीड़ित युवती की मां के साथ मारपीट की। फिलहाल पुलिस मामले में जांच कर रही है। श्री महाकाल लोक टीवी के लिए मुक्तसर साहिब से बूटा सिंह की रिपोर्ट। ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ, ਉਹ ਭੁੱਲਰ ਪਿੰਡ ਨਾਲ ਸੰਬੰਧਿਤ ਸੀ, ਪੀਐਸ ਸਦਰ ਮੁਕਤਸਰ ਨਾਲ। ਉਹਦੇ ਵਿੱਚ ਇੱਕ ਬੰਦਾ ਜਿਹੜੇ ਇੱਕ ਲੇਡੀ ਦੀ ਕੁੱਟਮਾਰ ਕਰ ਰਿਹਾ ਸੀਗਾ, ਉਸ 'ਤੇ MLR ਮਸੂਲ ਹੋਈ ਸੀ ਲੇਡੀ ਦੀ, ਅਤੇ ਉਸ 'ਤੇ ਉਸ ਜੋ ਮੇਨ ਅਕਿਊਜ਼ ਸੀ ਉਹਦੀ ਅਰੈਸਟ ਪਾ ਕੇ FIR ਦਰਜ ਕਰ ਦਿੱਤੀ ਗਈ ਹੈ ਅਤੇ ਹੁਣ ਮੁਕੱਦਮੇ ਦੀ ਅੱਗੇ ਇਨਵੈਸਟੀਗੇਸ਼ਨ ਜਾਰੀ। चलिए बढ़ते अगली खबर की ओर। मोगा कोटकपुरा रोड स्थित बागा पुराना में तूड़ी से भरी ट्रॉली बस टकरा गई। इस हादसे में ट्रैक्टर ने से चालक ट्रैक्टर के नीचे आ गया। ट्रैक्टर चालक और उसका साथी दोनों को जेसीबी मशीन की सहायता से बाहर निकाला गया। इस हादसे में एक युवक की सुरक्षा फोर्स की सहायता से सरकारी अस्पताल पहुंचाया गया जहां घायल का इलाज जारी है। श्री महाकाल लोक टीवी के लिए मोगा से राजू पासी की रिपोर्ट। घटना हुई है जी, ये कोटकपुरा साइड तो आ रहे थे जी, इन्हों को सीधा टूड़ी वाला कॉपी जी, ये ट्रैक्टर ते सीगे दोने जाने ते एक बस आ रही थी PR जी, उन्होंने इन्हों फिट मारी है किधरे पासे जूस वाली लगी हुई थी रेहड़ी, तो इन्होंने तो मतलब बहुत ही ज़्यादा बुरी हालत नाल इन्हों कढ़िया JBC ने कढ़िया। असं मौके पर पहुंचे, JBC कुदरत इन्हों के कर्मा आ गई। ये बहुत ही ज़्यादा दूरी और बहुत ही ज़्यादा भयानक हालत थी इन्हों की, मतलब मसा ही दूरा जन्म होया जी इन्हों का। जगदंबा हस्पताल जी, कोटकपुरा रोड से पिंड राजे जगदंबा हस्पताल के बिल्कुल मूहरे ਜਖਮੀ ਹੋਏ ਬੰਦੇ ਆ ਜੀ, ਦੋ ਟ੍ਰੈਕਟਰ ਤੇ ਸੀ, ਇੱਕ ਜਿਹੜਾ ਬੀਜ ਆ ਇਹਦਾ ਜਾਣੀ ਕਿ ਭੱਜ ਕੇ ਬਚ ਗਿਆ ਹੁਣ, ਠੀਕ ਆ, ਤਿੰਨੇ ਬੰਦੇ ਠੀਕ ਆ। ਸਾਡੀ SSF ਟੀਮ ਹੈ ਸਾਡੀ। ਇੱਕ ਘਟਨਾ ਹੋਈ ਹੈ, ਕੀ ਮਾਮਲਾ ਹੋਇਆ ਸਾਰਾ? ਨਹੀਂ, ਸਾਨੂੰ ਤਾਂ ਕਿਸੇ ਰਾਹਗੀਰ ਤੋਂ ਪਤਾ ਲੱਗਿਆ ਜੀ, ਅਤੇ ਅਸੀਂ ਮੌਕੇ 'ਤੇ 7 ਮਿੰਟਾਂ 'ਚ ਉੱਥੇ ਪਹੁੰਚ ਗਏ ਜੀ। ਅਤੇ ਉੱਥੇ ਜਾ ਕੇ ਕਿਸ ਤਰ੍ਹਾਂ ਲੱਗਿਆ ਜੀ, ਕਿਸ ਤਰ੍ਹਾਂ ਪੁਜੀਸ਼ਨ ਸੀਗੀ, ਹਾਲਾਤ ਕੀ ਸੀ? ਪੁਜੀਸ਼ਨ ਸਾਡੇ ਜਾਣ ਤੋਂ ਪਹਿਲਾਂ ਸਰ ਇਹ ਸੀਗਾ ਵੀ ਉਹ ਇਹ ਜਿਹੜਾ ਭੁੰਗ ਹੈ ਜਿਹੜੀ ਟਰਾਲੀ ਹੈ ਉਹਦੇ ਥੱਲੇ 2 ਬੰਦੇ ਆਏ ਸੀਗੇ ਜੀ। ਹਾਂਜੀ, ਉਹ ਕਰੇਨ ਨੇ ਚੱਕ ਕੇ ਪਿੰਡ ਦੇ ਵਾਸੀਆਂ ਜਿਹੜੇ ਨੇ ਉਹਨਾਂ ਨੇ ਹੈਲਪ ਕਰਕੇ ਉਹਨੂੰ ਚੱਕ ਕੇ ਅਤੇ ਗੱਡੀ 'ਚ ਆਪਦੀ 'ਚ ਪਾ ਕੇ ਅਸੀਂ ਨਾਲ ਗੱਡੀ ਦੇ ਨਾਲ ਲੈ ਕੇ ਇੱਥੇ ਹੋਸਪਿਟਲ ਪਹੁੰਚੇ ਹਾਂ।